ताई तो तेन कह दी तैयार हो जा फटाफट। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ, ਕਿਵੇਂ ਹੋ? ਤੁਸੀਂ ਦੇਖ ਰਹੇ ਹੋ ਮਿਸਟਰ ਐਂਡ ਮਿਸਿਸ ਅਰੋੜਾ ਪੇਜ। ਜਲਦੀ ਹੀ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ ਤੇ ਸਾਰਾ ਕੁਝ ਕਰ ਲਓ, ਕਿਉਂਕਿ ਰੀਜ਼ਨ ਕੀ ਆ ਕਿ ਜਲਦੀ ਹੀ ਸਾਡੀਆਂ ਕੁਝ ਇਕੱਠੀਆਂ ਵੀਡੀਓ ਆਉਣ ਵਾਲੀਆਂ ਨੇਗੀਆਂ। ਨੋਨੂ ਬਾਰੇ ਤੇ ਰਾਧਿਕਾ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ। ਪਹਿਲਾਂ ਤਾਂ ਰਾਧਿਕਾ ਇੱਕ ਤਰੀਕੇ ਨਾਲ ਮੇਰੀ ਭੈਣ ਹੈ ਜੀ। ਜਦੋਂ ਅਸੀਂ ਸ਼ੁਰੂ ਕੀਤੀਆਂ ਸੀਗੀਆਂ ਵੀਡੀਓਜ਼ ਬਣਾਉਣੀਆਂ, ਉਦੋਂ ਸਾਡੇ ਨਾਲ ਪਹਿਲਾ ਕਪਲ ਜਿਹੜਾ ਸੀਗਾ ਜੁੜਿਆ ਸੀਗਾ ਉਹ ਨੋਨੂ ਤੇ ਰਾਧਿਕਾ ਸੀਗੇ। ਤੇ ਉਸ ਟਾਈਮ ਯਾਦ ਆ ਪਰਿਸ਼ੀਤਾ ਤੇ ਬੈਠੀ ਸੀ, ਹੈਨਾ? ਸ਼ਿਵੂ ਹੋਣ ਵਾਲਾ ਸੀ। ਬਾਕੀ ਜਿਹੜੀਆਂ ਹੁਣ ਵੀਡੀਓ ਆਉਣੀਆਂ ਨੇ ਉਹਦੇ ਵਿੱਚ ਫੇਰ ਇਕੱਠੇ ਹੋਵਾਂਗੇ। ਉਹਦੇ ਚ ਹੁਣ ਅਸੀਂ ਇਹਨਾਂ ਦੀ ਬੁੜੀ ਵੀ ਮਤਲਬ ਮੰਮੀ ਕਿਉਂਕਿ ਉਦੋਂ ਇਹ ਐਕਟਿੰਗ ਨਹੀਂ ਸੀ ਕਰਦੇ, ਪਰ ਹੁਣ ਵੱਟ ਕੱਢੇ ਪਏ ਨੇ। ਬਾਕੀ ਰਾਧਿਕਾ ਬਹੁਤ ਦੇਰ ਬਾਅਦ ਇਕੱਠੇ ਹੋਏ ਆ, ਅੱਜ ਅੱਜ ਰਾਧਿਕਾ ਦਾ ਬਰਥਡੇ ਆ। ਪਹਿਲਾਂ ਤਾਂ ਹੈਪੀ ਬਰਥਡੇ, ਬਹੁਤ ਬਹੁਤ ਮੁਬਾਰਕਾਂ, ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ, ਤੇਰੇ ਦਿਲ ਦੇ ਵਿੱਚ ਜੋ ਵੀ ਤਮੰਨਾ ਆ ਉਹ ਰੱਬ ਪੂਰੀ ਕਰੇ। ਤੇ ਅਟੀ ਤੁਹਾਨੂੰ ਵੀ ਬਹੁਤ ਲੱਖ ਲੱਖ ਮੁਬਾਰਕਾਂ ਜੀ, ਨੂੰਹ ਦਾ ਜਨਮ ਦਿਨ ਹੈ ਜੀ ਤੁਹਾਡਾ। ਥੈਂਕ ਯੂ। ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚ ਤੁਸੀਂ ਟਾਈਮ ਕੱਢਿਆ, ਕਿਉਂਕਿ ਨਹੀਂ ਤੁਸੀਂ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਕਿਉਂਕਿ ਜ਼ਿਆਦਾ ਸ਼ੂਟ 'ਚ ਬਿਜ਼ੀ ਹੁੰਦੇ ਹੋ, ਤੇ ਸਾਡੇ ਵਾਸਤੇ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ। ਦਿਮਾਗ ਗਰੀਬ ਹੁੰਦਾ ਜੀ, ਜੇ ਆਪਾਂ ਕਹੀਏ ਨਾ ਪੈਸਿਆਂ ਦੇ ਨਾਲ ਆਪਾਂ ਅਮੀਰੀ ਗਰੀਬੀ ਨੂੰ ਦੇਖ ਸਕਦੇ ਹਾਂ, ਨਹੀਂ। ਹਾਂ, ਕਿਸੇ ਕੋਲੇ ਵੱਧ ਆ, ਕਿਸੇ ਕੋਲੇ ਘੱਟ ਆ, ਅੱਜ ਹੈਗਾ ਕੱਲ ਨਹੀਂ ਹੈਗਾ, ਪਰ ਬੰਦਾ ਗਰੀਬ ਕਦੇ ਨਹੀਂ ਹੁੰਦਾ, ਬੰਦੇ ਦਾ ਦਿਮਾਗ ਗਰੀਬ ਹੁੰਦਾ ਜੋ ਦੇਖਦਾ ਵੀ ਇਹ ਗਰੀਬ ਹੈ, ਅਸੀਂ ਅਮੀਰ ਹੈ, ਸਾਡੇ ਕੋਲ ਪੈਸਾ, ਇਹਨਾਂ ਕੋਲ ਇੰਨਾ, ਸਾਡੇ ਕੋਲ ਇੰਨਾ, ਸਾਡੇ ਰਿਸ਼ਤੇਦਾਰ ਬਾਹਰ ਨੇ, ਇਹਨਾਂ ਦੇ ਇੱਥੇ ਹੀ ਨੇ, ਉਹ ਬੰਦਾ ਬਿਮਾਰ ਹੁੰਦਾ, ਉਹ ਗਰੀਬ ਹੁੰਦਾ। ਜਿਹੜਾ ਦਿਲੋਂ ਪਿਆਰ ਕਰਦਾ ਨਾ, ਦਿਲੋਂ ਚੱਲਦਾ, ਉਹ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਖਦਾ, ਉਹ ਬੰਦਾ ਬਹੁਤ ਅਮੀਰ ਹੁੰਦਾ, ਜਿਹੜਾ ਬੰਦਾ ਦਿਲ ਦਾ ਅਮੀਰ ਹੁੰਦਾ। ਤੁਹਾਡਾ ਰਿਵਿਊ ਇਹ ਹੀ ਕਹੂਗੀ ਕਿ ਇਹਦਾ ਬੰਦਾ ਦਿਲ ਦਾ ਅਮੀਰ ਹੈ। ਨਹੀਂ, ਸਾਡੇ ਬਾਰੇ ਰਿਵਿਊ ਇਹਨਾਂ ਵਾਲਾ, ਤੁਸੀਂ ਇਹਨਾਂ ਦੇ ਮੂੰਹ ਤੇ ਸਹੀ ਰਿਵਿਊ ਦੇਣਾ। ਮੈਨੂੰ ਪਤਾ ਫਿਰ ਰਸਤੇ 'ਚ ਨਹੀਂ ਕਲਾਸ ਵੀ ਤਾਂ ਲੱਗਣੀ ਹੈ। ਵੀਰੇ, ਮੈਂ ਹਮੇਸ਼ਾ ਸੱਚ ਬੋਲਦੀ ਹਾਂ, ਚਾਹੇ ਮੈਂ ਕੈਮਰੇ ਦੇ ਅੱਗੇ ਹੋਵਾਂ, ਚਾਹੇ ਮੈਂ ਕੈਮਰੇ ਦੇ ਪਿੱਛੇ ਹੋਵਾਂ। ਔਰ ਸੈਕਿੰਡਲੀ, ਸਭ ਤੋਂ ਪਹਿਲਾਂ ਤਾਂ ਬਰਥਡੇ, ਹੈਪੀ ਬਰਥਡੇ, ਅਤੇ ਸੈਕਿੰਡਲੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੇ ਘਰ ਦੇ ਵਿੱਚ ਲਕਸ਼ਮੀ ਆਈ ਆ, ਅਤੇ ਅਸੀਂ ਇਹਨੂੰ ਵੀ ਪਹਿਲੀ ਵਾਰੀ ਦੇਖਣ ਆਏ ਹਾਂ। ਅਸੀਂ ਅੱਜ ਇੱਕ ਦਿਨ ਤੋਂ ਲਗਾਤਾਰ ਇਕੱਠਿਆਂ ਦੀਆਂ ਵੀਡੀਓ ਆਉਣਗੀਆਂ, ਪਿਆਰ ਕਰਦੇ ਰਹੋ ਬਸ।
ਸੋ ਤੁਹਾਨੂੰ ਸਾਰਿਆਂ ਨੂੰ ਵਲੋਗ ਕਿੱਦਾਂ ਲੱਗਿਆ? ਵਲੋਗ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਭਾਜੀ ਤੁਸੀਂ ਮੈਂ ਸ਼ੇਅਰ ਕਰ ਦਿਓ।